ਅਮਰੀਕਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਦੇ ਕਿ ਜਸਦੀਪ ਸਿੰਘ ਦੀ ਕੁਝ ਦਿਨ ਪਹਿਲਾਂ ਗੋਲੀ ਲੱਗਣ ਨਾਲ ਮੌਤ ਹੋਈ ਸੀ ਤੇ ਹੁਣ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ ਤੇ ਜਦੋਂ ਉਸ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਹਰ ਅੱਖ ਰੋ ਰਹੀ ਸੀ। ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਧਾਹਾਂ ਮਾਰ ਕੇ ਇਹ ਪਰਿਵਾਰ ਰੋ ਰਿਹਾ ਸੀ। 22 ਸਾਲ ਦੇ ਇਕਲੌਤੇ ਜਵਾਨ ਪੁੱਤ ਦੀ ਮੌਤ ਹੋ ਗਈ ਹੈ ਜੋ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ। ਕਿਸੇ ਨੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਜਦੋਂ ਹੁਣ ਪੁੱਤ ਨੂੰ ਘੋੜੀ ਚੜਾਉਣਾ ਸੀ ਤਾਂ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਤਾਂ ਪੁੱਤ ਦੇ ਸਿਹਰਾ ਸਜਾ ਕੇ ਅੰਤਿਮ ਵਿਦਾਈ ਦਿੱਤੀ ਗਈ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕੁਝ ਦਿਨ ਤੱਕ ਇਹ ਨੌਜਵਾਨ ਵਾਪਸ ਭਾਰਤ ਆ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਇਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ। ਤਾਂ ਮਾਛੀਵਾੜਾ ਸਾਹਿਬ ਦਾ ਨੇੜਲਾ ਪਿੰਡ ਹੈ ਭਮਾ ਕਲਾਂ ਜਿੱਥੋਂ ਦਾ ਜਸਦੀਪ ਸਿੰਘ ਜੋ 22 ਸਾਲ ਦੀ ਉਮਰ ਸੀ ਅਮਰੀਕਾ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਬੇਹੱਦ ਗਮਗੀਨ ਮਾਹੌਲ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਤਸਵੀਰਾਂ ਰੂਹ ਕੰਬਾਉਣ ਵਾਲੀਆਂ ਨੇ। ਅਮਰੀਕਾ ਦੇ ਕੈਲੀਫੋਰਨੀਆ ਦੇ ਫਰਿਜਨਲ ਸ਼ਹਿਰ ਦੇ ਵਿੱਚ ਰਹਿੰਦਾ ਸੀ, ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਦੱਸਿਆ ਜਾ ਰਿਹਾ ਹੈ ਕਿ 3 ਜਨਵਰੀ ਨੂੰ ਜਸਦੀਪ ਸਿੰਘ ਆਪਣੇ ਘਰ ਤੋਂ ਕਾਰ ਤੇ ਸਵਾਰ ਹੋ ਕੇ ਨਿਕਲਿਆ। ਰਾਹ ਦੇ ਵਿੱਚ ਉਸਨੇ ਮਾਤਾ ਪਿਤਾ ਅਤੇ ਦਾਦੀ ਦੇ ਨਾਲ ਵੀਡੀਓ ਕਾਲ ਵੀ ਕੀਤੀ ਪਰ ਅਚਾਨਕ ਫੋਨ ਬੰਦ ਹੋ ਗਿਆ, ਜਿਸ ਤੇ ਜਦੋਂ ਪਤਾ ਲੱਗਿਆ ਤਾਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ 24 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਹੈ। ਪਰਵਿੰਦਰ ਸਿੰਘ ਮੇਰਾ ਨਾਮ ਹੈ, ਸਰਪੰਚ ਪੁਆ ਕਲਾ। ਇਹ ਬਾਹਰ ਸੀਗਾ ਜੀ, ਅਮਰੀਕਾ। ਅਮਰੀਕਾ ਜੀ, ਹਾਂਜੀ। ਅੱਛਾ, ਉੱਥੇ ਪਤਾ ਨਹੀਂ ਲੱਗਿਆ ਵੀ ਕੀ ਹੁਣ 21-22 ਦਿਨ ਬਾਅਦ ਆਇਆ ਜੀ। ਡੈਡ ਬੋਡੀ? ਹਾਂਜੀ। ਕਿੱਦਾਂ ਹੋਇਆ, ਹਾਸਾ ਹੀ ਨਹੀਂ ਪਤਾ ਲੱਗਿਆ ਗੋਲੀ ਕਿੱਦਾਂ ਲੱਗੀ? ਇਹ ਤਾਂ ਨਹੀਂ ਪਤਾ ਲੱਗਿਆ ਜੀ ਕਿੱਦਾਂ ਹੋਇਆ ਜੀ। ਹਾਂਜੀ। ਅੱਛਾ, ਸੰਸਕਾਰ ਕੀਤਾ ਗਿਆ ਪਿੰਡ ਦੇ ਵਿੱਚ? ਅੱਜ ਸੰਸਕਾਰ ਕਰਿਆ ਜੀ। ਕਿਹਦਾ? ਇਹ ਦਲਜੀਤ ਸਿੰਘ ਮਾਂਗੜ ਦਾ ਮੁੰਡਾ ਸੀਗਾ ਜੀ। ਕਿੰਨੀ ਉਮਰ ਸੀ ਜੀ? 23 ਸਾਲ ਲੱਗਿਆ ਗਾ ਜੀ। ਮੈਰਿਜ ਹੋਈ ਸੀ? ਨਹੀਂ ਮੈਰਿਜ। ਕੋਈ ਭੈਣ ਭਾਈ ਹੋਣਾ? ਨਹੀਂ, ਹੋ ਰਿਹਾ ਜੀ। ਇਕਲੌਤੇ ਸੀ? ਹਾਂ, ਇਕਲੌਤੇ ਸੀ ਜੀ। ਕਿੰਨਾ ਕੁ ਸਮਾਂ ਹੋ ਗਿਆ ਸੀ ਗਏ ਨੂੰ ਅੰਗਰੇਜ਼? ਇਹਨੂੰ ਹੋ ਗਏ 6-7 ਸਾਲ। ਸਰਬਜੀਤ ਸਿੰਘ, ਮੈਂ USA ਰਹਿਣਾ, ਵੈਸੇ ਮੇਰਾ ਪਿੱਛੋਂ ਪਿੰਡ 80 ਗਲਾਂ। ਇਹਦਾ ਨਾਂ ਜਸਦੀਪ ਸਿੰਘ, ਉਦਾਂ ਜੱਸੂ ਕਹਿ ਦਿੰਦੇ ਨਿਕਨੇਮ। ਹੁਣ ਘਰੋਂ ਗਿਆ ਵਾ, ਇਹਨੇ ਜਾ ਕੇ ਗੱਡੀ ਧਵਾਈ ਆ ਤੇ ਉਦੋਂ ਬਾਅਦ ਇਹਨੇ ਕੌਫੀ ਪੀਤੀ ਆ। ਉਹ ਅਸੀਂ ਸਟੇਟਮੈਂਟਾਂ ਕਢਾ ਕੇ ਦੇਖੀਆਂ ਨੇ, ਕੋਈ ਗੱਲ ਨਹੀਂ ਸੀ ਇੱਦਾਂ ਦੀ, ਫੋਨ 'ਤੇ ਨੋਰਮਲ ਗੱਲ ਕਰਦਾ ਸੀਗਾ ਨਾ। ਉਦੋਂ ਥੋੜ੍ਹੇ ਟਾਈਮ ਬਾਅਦ ਜਾ ਕੇ ਇਹਨੇ ਆਪਦੇ ਡੈਡੀ ਨਾਲ ਵੀਡੀਓ ਕਾਲ ਕੀਤੀ ਆ, ਆਪਦੀ ਦਾਦੀ ਨਾਲ ਵੀਡੀਓ ਕਾਲ ਕੀਤੀ ਆ। ਉਦੋਂ ਥੋੜ੍ਹੇ ਟਾਈਮ ਬਾਅਦ ਫੋਨ ਸਵਿੱਚ ਆਫ ਹੋ ਗਿਆ ਅਤੇ ਇਹਦੇ ਡੈਡੀ ਨੇ ਕਿਹਾ ਵੀ ਮੈਨੂੰ ਸਮਾਰ ਕੇ ਮੂੰਹ ਦਿਖਾ, ਕਹਿੰਦੇ ਲੈ ਉਹ ਦੇਖ ਲਓ, ਸਮਾਰ ਕੇ ਦੇਖ ਲਓ। ਉਸ ਤੋਂ ਬਾਅਦ ਫੋਨ ਸਵਿੱਚ ਆਫ ਹੋ ਗਿਆ। ਉਦੋਂ ਬਾਅਦ ਪਤਾ ਨਹੀਂ ਵੀਰੇ ਗੱਲ ਕੀ ਆ ਕੀ ਨਹੀਂ, ਕਿਉਂਕਿ ਸੁਸਾਈਡ ਉਹ ਕਰ ਹੀ ਨਹੀਂ ਸਕਦਾ ਯਾਰ, ਸਾਨੂੰ ਤਾਂ ਲੱਗਦਾ ਨਹੀਂ। ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਇਹ ਗੋਲੀ ਵੱਜੀ ਹੋਈ ਸੀ? ਉਹਦੇ ਗੋਲੀ, ਹਾਂਜੀ, ਇੱਧਰੋਂ ਦੀ ਮਾਰ ਕੇ ਇੱਧਰ ਦੀ ਨਿਕਲੀ ਹੋਈ ਸੀਗੀ ਗੋਲੀ। ਅਤੇ ਹੁਣ ਪੁਲਿਸ ਫਿਰ ਫਾਈਨਲ ਜਦੋਂ ਆਊ ਰਿਪੋਰਟ ਫਿਰ ਲੱਗ ਜੂ ਪਤਾ ਸਾਰਾ ਕੁਝ। ਕੰਮ ਕੀ ਕਰਦਾ ਸੀ ਉੱਥੇ? ਉੱਥੇ ਟਰੱਕ ਚਲਾਉਂਦਾ ਸੀ। ਕਿਹੜੇ ਸ਼ਹਿਰ ਦਾ ਰਹਿੰਦਾ ਸੀ? ਇਹ ਬੇਕਰਸਫੀਲਡ। ਹਾਂਜੀ। ਇਹਨੂੰ ਹੋ ਗਏ ਜੀ ਤਕਰੀਬਨ 5.5 ਸਾਲ। ਹਾਂਜੀ। ਅੱਜ ਇੱਥੇ ਸੰਸਕਾਰ ਕੀਤਾ ਗਿਆ? ਹਾਂਜੀ, ਅੱਜ ਇੱਥੇ ਸੰਸਕਾਰ। ਪੱਕਾ ਸੀਗਾ ਜੀ ਉੱਥੇ? ਹਾਂਜੀ ਹਾਂਜੀ, ਗ੍ਰੀਨ ਕਾਰਡ ਹੋਲਡਰ ਸੀਗਾ। ਠੀਕ ਹੈ ਜੀ। ਹਾਂਜੀ। ਮੈਰਿਜ ਹੋਈ ਸੀ? ਨਹੀਂ ਨਹੀਂ ਜੀ, 22 ਸਾਲ ਦੀ ਉਮਰ ਸੀ ਸਾਰੀ, ਅਜੇ 23 ਮਤ ਲੱਗਿਆ ਸੀਗਾ। ਮੈਰਿਜ ਦੀ ਕਾਰ ਰਹਿ ਸੀ ਪਲਾਨ, ਬਸ 2 ਸਾਲਾਂ ਤੱਕ ਜਾਨੂ ਇੱਧਰ ਇਹ ਭਾਣਾ ਵਰਤ ਗਿਆ। ਕੋਈ ਸ਼ਮਸ਼ਾਨ ਘਾਟ ਖੜਿਆ ਸਾਡੇ ਹਲਕੇ 'ਚ, ਬਹੁਤ ਮਾੜੀ ਘਟਨਾ। ਜੋ 6 ਸਾਲ ਪਹਿਲਾਂ ਸਾਡੇ ਭਰਾ ਦਲਜੀਤ ਸਿੰਘ ਨੇ ਆਪਣਾ ਬੇਟਾ ਪੜ੍ਹਾਈ ਵਾਸਤੇ USA ਭੇਜਿਆ ਸੀ, ਸੋ ਸਾਲ ਪਹਿਲਾਂ PR ਵੀ ਹੋ ਗਈ, ਪੜ੍ਹਾਈ ਵੀ ਹੋ ਗਈ। ਸੋ ਕੁਝ ਗੈਂਗਸਟਰ ਹੀ ਕਹਾਂਗੇ ਜਿਹੜਾ ਨੇ ਆ ਕੇ ਭਰਾ ਦੇ ਬੇਟੇ ਨੂੰ ਜਸਦੀਪ ਨੂੰ ਗੋਲੀ ਮਾਰੀ।
3 ਤਰੀਕ ਦੀ ਘਟਨਾ, ਸੋ ਕੱਲ ਡੈੱਡ ਬੋਡੀ ਆਈ ਹੈ। ਸੋ ਅੱਜ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ। ਪੂਰੇ ਹਲਕੇ 'ਚ ਸੋਗ ਦੀ ਲਹਿਰ ਆ, ਇੰਨਾ ਸਾਰੇ ਹਲਕਾ ਇਸ ਵੱਲੋਂ ਵੀ ਸ਼ਮਸ਼ਾਨ ਘਾਟ ਅੱਜ ਉਹਨਾਂ ਦੇ ਲਾਸਟ ਦਰਸ਼ਨ ਕੀਤੇ ਆ, ਅਤੇ ਬਹੁਤ ਦੁੱਖਦਾਈ ਖਬਰ ਹੈ। ਸੋ ਮਨ ਉਦਾਸ ਹੈ ਵੀ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ, ਜਵਾਨ ਮੌਤ, ਜਵਾਨ ਬੱਚੇ ਮਾਂ ਪਿਓ ਦੇ ਚੱਲ ਜਾਂਦੇ ਆ, ਸੋ ਉਹਨਾਂ ਦੇ ਅੱਗੇ ਰਹਿਣ ਨੂੰ ਕੱਖ ਨਹੀਂ, ਇਕੱਲਾ ਇਕੱਲਾ ਪੁੱਤ ਸੀ। ਬਹੁਤ ਮਾੜੀ ਖਬਰ ਹੈ, ਬਹੁਤ ਦਿਲ ਦੁੱਖ ਹੈ, ਖੜ੍ਹੇ ਹਾਂ ਜੀ ਸੋਗ ਦੇ ਵਿੱਚ। ਪਰ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹੋ ਜਿਹੀ ਕਿਸੇ ਦੁਸ਼ਮਣ ਨੂੰ ਵੀ ਨਾ, ਇਹੋ ਜਿਹੀ ਉਹਦੇ ਪਰਿਵਾਰ 'ਚ ਦੁੱਖ ਆਵੇ, ਇਹੋ ਜਿਹੀ ਮੌਤ ਨਾ ਆਵੇ। ਸੋ ਬਹੁਤ ਮਾੜੀ ਜਿਹੜੀ ਮੌਤ ਹੈ ਇਸ ਪਰਿਵਾਰ ਨਾਲ ਹੋਈ ਹੈ, ਸਾਡੇ ਹਲਕੇ 'ਚ ਹੋਈ ਹੈ। ਬਹੁਤ ਪਰਮਾਤਮਾ ਨੂੰ ਇਹੀ ਬੇਨਤੀ ਕਰਦੇ ਕਿ ਇਹੋ ਜਿਹੀ ਘਟਨਾ ਕਿਸੇ ਪਰਿਵਾਰ ਨਾਲ ਨਾ ਵਰਤੇ।